ਸਸਿਕਾ ਸਟੂਡੈਂਟਸ ਆਓ ਅੱਜ ਅਸੀਂ ਰਾਊਂਡ ਆਫ ਕਿਸ ਤਰ੍ਹਾਂ ਕਰਦੇ ਹਾਂ ਕਿਸੇ ਵੈਲਿਊ ਨੂੰ ਉਹਦੇ ਬਾਰੇ ਸਿੱਖੀਏ ਰਾਈਟ ਰੂਲ ਨੰਬਰ 1 ਨਾਓ ਇਫ ਦ ਡਿਜਿਟ ਟੂ ਬੀ ਡਰੋਪ ਇਜ਼ ਮੋਰ ਦੈਨ 5 ਮਤਲਬ ਜਿਹੜੇ ਡਿਜਿਟ ਨੂੰ ਅਸੀਂ ਡਰੋਪ ਕਰਨਾ ਵਾ ਉਹ ਜੇ 5 ਤੋਂ ਜ਼ਿਆਦਾ ਵਾ ਅਤੇ ਜਿਹੜਾ ਪ੍ਰੀਸੀਡਿੰਗ ਡਿਜਿਟ ਹੈ ਪ੍ਰੀਸੀਡਿੰਗ ਡਿਜਿਟ ਦਾ ਮਤਲਬ ਪਹਿਲੇ ਵਾਲਾ ਡਿਜਿਟ ਰਾਈਟ ਪ੍ਰੀਸੀਡਿੰਗ ਪ ਤੋਂ ਪਹਿਲਾਂ ਪ ਤੋਂ ਪ੍ਰੀਸੀਡਿੰਗ ਪ੍ਰੀਸੀਡਿੰਗ ਮਤਲਬ ਜਿਸ ਤਰ੍ਹਾਂ ਆਪਾਂ ਲਿਖਦੇ ਹਾਂ 7 9 2 ਸੋ 7 ਇਜ਼ ਦਾ ਪ੍ਰੀਸੀਡਿੰਗ ਡਿਜਿਟ ਟੂ 9 ਐਂਡ 9 ਇਜ਼ ਦਾ ਪ੍ਰੀਸੀਡਿੰਗ ਡਿਜਿਟ ਟੂ 2 ਐਮ ਆਈ ਰਾਈਟ ਓਕੇ ਸੋ ਪ੍ਰੀਸੀਡਿੰਗ ਦਾ ਮਤਲਬ ਸਾਨੂੰ ਪਤਾ ਲੱਗ ਗਿਆ ਨਾਓ ਕਹਿੰਦਾ ਕਿ ਇਫ ਦਾ ਡਿਜਿਟ ਟੂ ਬੀ ਡਰੋਪਡ ਇਜ਼ ਲੈਸ ਦੈਨ 5 ਜਿਹੜੀ ਅਸੀਂ ਡਿਜਿਟ ਨੂੰ ਡਰੋਪ ਕਰਨਾ ਵਾ ਜੇ ਲੈਸ ਦੈਨ 5 ਆ ਕਿ ਪ੍ਰੀਸੀਡਿੰਗ ਡਿਜਿਟ ਇਜ਼ ਲੈਫਟ ਅਨਚੇਂਜਡ ਤਾਂ ਪ੍ਰੀਸੀਡਿੰਗ ਡਿਜਿਟ ਆ ਉਹਨੂੰ ਅਸੀਂ ਚੇਂਜ ਨਹੀਂ ਕਰਾਂਗੇ ਅਨਚੇਂਜਡ ਫੋਰ ਐਗਜ਼ਾਮਪਲ ਤੁਸੀਂ ਦੇਖੋ ਸਟੂਡੈਂਟਸ ਐਕਸ ਇਜ਼ ਇਕੁਅਲ ਟੂ 7.82 ਹੈ ਠੀਕ ਹੈ ਐਕਸ ਇਜ਼ ਇਕੁਅਲ ਟੂ ਜੇ ਮੰਨ ਲਓ 7.82 ਆ ਠੀਕ ਹੈ ਇਹਨੂੰ ਅਸੀਂ ਰਾਊਂਡ ਆਫ ਕਰਦੇ ਹਾਂ 7.8 ਠੀਕ ਹੈ ਹੁਣ ਡਿਜਿਟ ਕਿਹੜਾ ਡਰੋਪ ਕਰਨਾ ਸੀ ਅਸੀਂ ਇਹ ਵਾਲੇ ਡਿਜਿਟ ਮਤਲਬ ਡੈਸੀਮਲ ਤੋਂ ਸੈਕਿੰਡ ਡਿਜਿਟ ਨੂੰ ਡਰੋਪ ਕਰਨਾ ਸੀ ਮਤਲਬ 2 ਨੂੰ ਡਰੋਪ ਕਰਨਾ ਸੀ ਐਂਡ 2 ਇਜ਼ ਲੈਸ ਦੈਨ 5 2 ਦਾ ਜਿਹੜਾ ਪ੍ਰੀਸੀਡਿੰਗ ਡਿਜਿਟ ਹੈ ਪ੍ਰੀਸੀਡਿੰਗ ਮਤਲਬ ਜਿਹੜਾ 2 ਤੋਂ ਜਿਹੜਾ ਪਹਿਲੇ ਵਾਲਾ ਡਿਜਿਟ ਹੈ 8 ਹੈ ਉਹਨੂੰ ਅਸੀਂ ਚੇਂਜ ਨਹੀਂ ਕਰਾਂਗੇ ਇਸ ਕਰਕੇ 8 ਹੀ ਲਿਖਿਆ ਦਿਸ ਇਜ਼ ਰੂਲ ਨੰਬਰ 1 ਦੁਬਾਰਾ ਰੂਲ ਕੀ ਕਹਿੰਦਾ ਵਾ ਇਫ ਦਾ ਡਿਜਿਟ ਵਿਚ ਇਜ਼ ਟੂ ਬੀ ਡਰੋਪ ਇਜ਼ ਲੈਸ ਦੈਨ 5 ਇਹਨੂੰ ਇਹ ਡਿਜਿਟ ਦੀ ਗੱਲ ਕਰੇ ਜਿਹਨੂੰ ਅਸੀਂ ਡਰੋਪ ਕਰਨਾ ਵਾ 5 ਤੋਂ ਛੋਟਾ ਵਾ ਪਹਿਲੇ ਵਾਲੇ ਡਿਜਿਟ ਨੂੰ ਚੇਂਜ ਨਹੀਂ ਕਰਾਂਗੇ ਜੇ 5 ਤੋਂ ਵੱਡਾ ਹੋਏਗਾ ਫਿਰ ਕੀ ਕਰਾਂਗੇ ਲੈਟਸ ਸੀ ਨਾ ਉਹ ਕਹਿੰਦਾ ਇਫ ਦਾ ਡਿਜਿਟ ਟੂ ਬੀ ਡਰੋਪ ਇਜ਼ ਮੋਰ ਦੈਨ 5 ਜਿਹੜੇ ਡਿਜਿਟ ਨੂੰ ਅਸੀਂ ਡਰੋਪ ਕਰਨਾ ਵਾ ਜੇ 5 ਤੋਂ ਜ਼ਿਆਦਾ ਵਾ ਬਟ ਇਹ ਵੀ ਗੱਲ ਆ ਜਿਹੜਾ ਫਿਰ ਪ੍ਰੀਸੀਡਿੰਗ ਡਿਜਿਟ ਆ ਦੈਟ ਇਜ਼ ਰੇਜ਼ਡ ਬਾਏ 1 ਅਸੀਂ ਉਹਨੂੰ 1 ਵਧਾ ਦੇਵਾਂਗੇ ਫੋਰ ਐਗਜ਼ਾਮਪਲ ਸਟੂਡੈਂਟਸ ਐਕਸ ਇਜ਼ ਇਕੁਅਲ ਟੂ ਲੈਟਸ ਸੇ 6.87 ਠੀਕ ਹੈ ਹੁਣ ਉਹ ਕਹਿੰਦਾ ਵਾ ਇਹ ਜਿਹੜੀ ਵੈਲਿਊ ਆ ਇਹਨੂੰ ਰਾਊਂਡ ਆਫ ਕਰੋ 1 ਡੈਸੀਮਲ ਪਲੇਸ ਇਹ ਜਿਹੜੀ ਵੈਲਿਊ ਆ 2 ਡੈਸੀਮਲ ਪਲੇਸ ਤੱਕ ਹੈ ਉਹ ਕਹਿ ਰਿਹਾ ਇਹਨੂੰ ਰਾਊਂਡ ਆਫ ਕਰੋ 1 ਡੈਸੀਮਲ ਪਲੇਸ ਜਾਂ ਉਹ ਕਹਿ ਰਿਹਾ ਵਾ ਕਿ ਇਹ ਵਾਲੇ ਡਿਜਿਟ 7 ਨੂੰ ਡਰੋਪ ਕਰ ਦਿਓ ਇੱਕੋ ਗੱਲ ਹੈ ਜੀ 7 ਨੂੰ ਡਰੋਪ ਕਰ ਦਿਓ ਜਾਂ ਉਹ ਕਹਿ ਰਿਹਾ ਵਾ ਕਿ ਇਸ ਵੈਲਿਊ ਨੂੰ ਰਾਊਂਡ ਆਫ ਕਰੋ ਟਿਲ 1 ਡੈਸੀਮਲ ਪਲੇਸ ਇੱਕੋ ਗੱਲ ਹੈਗੀ ਹੈ ਠੀਕ ਹੈ ਸੋ ਹੁਣ ਯੈਸ ਹੁਣ ਅਸੀਂ ਕੀ ਹੈ 7 ਨੂੰ ਡਰੋਪ ਕਰਨਾ ਐਂਡ ਦਿਸ ਡਿਜਿਟ ਇਜ਼ ਮੋਰ ਦੈਨ 5 ਅਤੇ ਰੂਲ ਕੀ ਆ ਪ੍ਰੀਸੀਡਿੰਗ ਡਿਜਿਟ ਇਜ਼ ਰੇਜ਼ ਬਾਏ 1 ਸੋ ਅਰਪਨ ਐਕਸ ਦੀ ਵੈਲਿਊ ਕੀ ਹੋ ਜਾਏਗੀ ਬੱਚੇ 6.9 ਸੇਮ ਰਹਿਣਗੇ ਮੰਨ ਲਓ ਇਹ ਮਿਲੀਮੀਟਰ ਆ ਅਤੇ ਇਹ ਵੀ ਮਿਲੀਮੀਟਰ ਹੋਏਗਾ ਸੈਕਿੰਡ ਰੂਲ ਵੀ ਕਲੀਅਰ ਹੋ ਗਿਆ ਬੜੇ ਧਿਆਨ ਨਾਲ ਸੁਣਨਾ ਓਕੇ ਫਾਈਨ ਸੋ ਨਾਓ ਕਮਸ ਰੂਲ ਨੰਬਰ 3 ਠੀਕ ਹੈ ਪਹਿਲਾ ਰੂਲ ਕੀ ਆ ਡਿਜਿਟ 5 ਤੋਂ ਜਿਹੜਾ ਡਰੋਪ ਕਰਨਾ ਛੋਟਾ ਦੂਜਾ ਰੂਲ ਜਿਹੜਾ ਡਿਜਿਟ 5 ਤੋਂ ਵੱਡਾ ਵਾ ਫਿਰ ਉਹ ਡਰੋਪ ਕਰਨਾ ਤੇ ਕੀ ਹੋਏਗਾ ਪ੍ਰੀਸੀਡਿੰਗ ਡਿਜਿਟ ਦੇ ਨਾਲ ਉਸ ਤੋਂ ਪਹਿਲੇ ਡਿਜਿਟ ਦੇ ਨਾਲ ਰੂਲ ਨੰਬਰ 3 ਆ ਇਫ ਦਾ ਡਿਜਿਟ ਟੂ ਬੀ ਡਰੋਪ ਇਜ਼ 5 ਜੇ ਮੰਨ ਲਓ 5 ਹੀ ਹੈ ਨਾ 5 ਤੋਂ ਛੋਟਾ ਰੂਲ ਨੰਬਰ 1 ਨਾ 5 ਤੋਂ ਵੱਡਾ ਹੈ ਰੂਲ ਨੰਬਰ 2 5 ਹੈ ਫਾਲੋਡ ਬਾਏ ਡਿਜਿਟਸ ਅਦਰ ਦੈਨ 0 ਫਾਲੋਡ ਬਾਏ ਡਿਜਿਟਸ ਮਤਲਬ ਲੈਟਸ ਸੇ 3 4 ਆਪਾਂ ਕਹਿੰਦੇ ਹਾਂ 7 ਇਜ਼ ਦਾ ਪ੍ਰੀਸੀਡਿੰਗ ਡਿਜਿਟ ਟੂ 2 ਅਤੇ 3 ਇਜ਼ ਫਾਲੋਡ ਬਾਏ 4 ਇਹ ਯਾਦ ਰੱਖਣਾ 3 ਇਜ਼ ਫਾਲੋਡ ਬਾਏ 4 ਮਤਲਬ ਫਾਲੋਡ ਬਾਏ 4 ਆਪਾਂ ਕਹਿੰਦੇ ਨਾ ਮੈਂ ਉਹਨੂੰ ਫਾਲੋ ਕਰਦਾ ਹਾਂ ਮੈਂ ਆਪਣੇ ਪਾਪਾ ਦੀ ਹਰ ਗੱਲ ਨੂੰ ਫਾਲੋ ਕਰਦਾ ਹਾਂ ਉਹਨਾਂ ਦੇ ਪਿੱਛੇ ਪਿੱਛੇ ਹਾਂ ਇੱਦਾਂ ਹੀ 4 ਜਿਹੜਾ 3 ਦੇ ਪਿੱਛੇ ਪਿੱਛੇ ਆ ਐਮ ਆਰ ਆਈ ਇਹ ਵੀ ਕਹਿ ਸਕਦੇ ਹਾਂ 3 ਇਜ਼ ਫਾਲੋਇੰਗ 7 7 ਕਿਹਨੂੰ ਫਾਲੋ ਕਰ ਰਿਹਾ ਕਿਸੇ ਨੂੰ ਨਹੀਂ ਕਿਉਂਕਿ 7 ਦੇ ਪਿੱਛੇ ਕੁਛ ਵੀ ਨਹੀਂ ਹੈ
3 is the preceding digit to 3, 7 is the preceding digit to 3, and 3 is the preceding digit to 4. ठीक है, अगे वाले डिजिट वास्ते फॉलो, पिछले वाले डिजिट वास्ते पप्पे तो पिछला, पी तो प्रीसीडिंग, याद रखना। हुण की कह रहा वा रूल, द डिजिट टू बी ड्रॉप्ड इज 5, जिहड़े डिजिट नूं ड्रॉप करना उह 5 आ। ठीक है ना, जिस तरह कि आपां कहिंदे आ 16.351। हुण मैं 5 नूं ड्रॉप करना मैं इहदे विच, ठीक है ना, हुण 5 ड्रॉप होएगा ऑटोमेटिकली 1 भी ड्रॉप हो जाएगा। ये नहीं है कि 5 ड्रॉप करके 1 में लिख देना, नहीं, 5 नूं ड्रॉप करने मतलब अगले डिजिट सारे ड्रॉप हो जाएंगे। हुण रूल की है, द डिजिट टू बी ड्रॉप्ड इज 5 फॉलोड बाय डिजिट्स अदर देन 0। हुण 5 किहड़े डिजिट तो फॉलो हो रहा वा, 1 तो, 0 तो नहीं है ना, ये 0 होएगा फिर की कहते हैं रूल नंबर 4 एप्लीकेबल होएगा। असि रूल नंबर 3 कर रहे हैं, इफ द डिजिट विच इज टू बी ड्रॉप इज 5 फॉलोड बाय नॉन जीरो डिजिट, फिर की होएगा स्टूडेंट्स, द प्रीसीडिंग डिजिट इज रेज्ड बाय 1, द प्रीसीडिंग डिजिट इज रेज्ड बाय 1। सो मे आई आस्क मेघना शर्मा की मान लो y इज इक्वल टू एवा सेंटीमीटर, तो हुण y इज इक्वल टू की आ जाएगा मेघना? 16.3 नो रॉन्ग, यस तुसी बोलो 16.4 प्लीज बोलो ना, ध्यान ना सुनो, 16.351 सेंटीमीटर ए वैल्यू सी, राइट जी। असि 5 डिजिट नु ड्रॉप करना सी, 5 डिजिट नु ड्रॉप करन दा मतलब 5 तो अगे सारे डिजिट ड्रॉप हो गए। हुण 5 दे रूल की कहंदा वा, इफ द डिजिट टू बी ड्रॉप इज 5 फॉलोड बाय नॉन जीरो डिजिट, कुछ भी हो सकता 1 2 3 4 5 6 7 8 9, जीरो नहीं होना चाहिए। ठीक है, 5 तो बाद जो डिजिट है वो नॉन जीरो डिजिट है, तो जे 5 नूं तुसी ड्रॉप करना वा तो पिछले वाला डिजिट विल बी रेज्ड बाय 1, इहदा मतलब ये जो 3 है इहदा असीं 4 करते। एक होर एग्जाम्पल लैंदा वा, लेट्स से वी कैन से 17.853। सो मान लो ये कहने आ कि ये जड़ी वैल्यू आ, इदा भी क्वेश्चन पूछा जा सकता वा, इस वैल्यू नू डेसीमल दे एक प्लेस तक लिखो, डेसीमल दे एक प्लेस तक लिखो, या कह दो कि 5 नू उड़ा दो, 5 नू ड्रॉप कर दो, तो फिर ये की बनेगी? लेट मी आस्क तरनप्रीत कौर, 17.9 सेंटीमीटर। हाँ देखो मैं गलती तुसी क्या इतने सेंटीमीटर लिखिया नहीं, इतने सेंटीमीटर कि आ गया गलत, जे इतने कुछ नहीं लिखिया सिर्फ वैल्यू बोलो, जो कोई यूनिट लिखा हुआ यूनिट बोलो। ठीक है तरन पे, गुड गर्ल, थर्ड रूल हो गया। ओके मे आई आस्क अर्पणदीप कौर, आर मोटिवेटेड गर्ल टू रिपीट रूल नंबर 3, अर्पणदीप कौर, इफ द डिजिट टू यस सर, बोलो शाबाश, ए रूल नंबर 3 जेड़ा होने पड़िया की सी, इफ द डिजिट टू बी ड्रॉप्ड इज सर, इफ द डिजिट टू बी ड्रॉप्ड इज 5 देन द then the preceding value is added by 1 or raised by 1. No, nahin. So see it with condition, nahin bolli. Any other student? Yes, can you tell? If the digit to be dropped is... Arjun, bolo. Arjun, bolo. If the digit is dropped is 5 followed by non-zero digit is raised by 1. Then the preceding digit is raised by 1. Arjun, the English nahin badhiya nahin. Samajh bahut badhiya va. Appa English da lecture nahin la rahe. इंग्लिश बहुत फ्लूएंट है कुड़ी दी ना, सानू वो चंगी नहीं लगेगी, जिन्हों कंसेप्ट समझ आ गया वही चंगा। शाबाश अर्पण, दोबारा सुनो अर्पण, जेडे डिजिट नू ड्रॉप करना मान लो 5, जरूरी नहीं इत्थे होवे उत्थे भी हो सकदा वा, जिवें कि 8.2 3 4 5 7, चलो 7 ना लैके आपां 4 लै लैणे मान लो, हुण कहना कि 5 नू ड्रॉप कर दो, 5 नू ड्रॉप कर दो, या 5 ਨੂੰ ਡ੍ਰੌਪ ਕਰਨ ਤੋਂ ਬਾਅਦ ਜਿਹੜੀ ਰਿਜ਼ਲਟਿੰਗ ਵੈਲਿਊ ਹੋਏਗੀ ਉਹ ਅਰਪਨ ਡੈਸੀਮਲ ਦੇ ਕਿੰਨੇ ਪਲੇਸਿਸ ਤੱਕ ਹੋਏਗੀ? ਜੇ 5 ਨੂੰ ਡ੍ਰੌਪ ਕਰ ਦਾਂਗੇ ਤੇ ਉਸ ਤੋਂ ਬਾਅਦ ਰਿਜ਼ਲਟਿੰਗ ਵੈਲਿਊ ਜਿਹੜੀ ਆਏਗੀ ਉਹ ਡੈਸੀਮਲ ਦੇ ਕਿੰਨੇ ਪਲੇਸਿਸ ਤੱਕ ਹੋਏਗੀ? 1 2 3 ਪਲੇਸ ਤੱਕ। 5 ਵੀ ਉੱਡ ਜਾਏਗਾ 4 ਵੀ ਉੱਡ ਜਾਏਗਾ, ਬਟ ਬਾਕੀ ਡਿਜਿਟਸ ਤੇ ਕੀ ਫਰਕ ਪਏਗਾ? ਇਹ ਰੂਲ ਕਹਿੰਦਾ ਵਾ
जे डिजिट जिन्होंने तुसी ड्रॉप करना वो फाइव आ, बट ये भी जरूरी है कि जे उदे अगले वाला डिजिट नॉन जीरो आ, जीरो नहीं आ, तो फिर प्रोसीडिंग डिजिट शुड बी रेज बाय वन. सो ए ए की हो जाएगा सुरक्षा 8.235. Very good. 235. Suraksha is a good girl. See, she's on bed. Still, she's attending the class. And you can make commitment. Wow, Suraksha. May Vaheguru be with you. Okay. So now comes fourth rule. If you know what the rule will be, any which way, oh yeah, that digit drop karna five, but that is followed by a zero. Zero. Very good, students. Fourth rule bol raha hoon, Mona. If the digit to be dropped is five, followed by zeros, zeros ya zero, then preceding digit is left unchanged. Ki hoya actually? Is rule the base kiya? Man lo 3.457 ya 3.450. इतने रूल लगेगा रूल नंबर थ्री, इतने रूल लगेगा रूल नंबर फोर. हूँ क्यों होया कि सैवन का भी इफेक्ट आ, सैवन का भी इफेक्ट आ, क्योंकि नॉन जीरो डिजिट आ, इस करके फोर नू चेंज करता, एक रेज करता. इतने फाइव तो बाद इफेक्ट कुछ नहीं है डिजिट का, इस करके आप इनू चेंज नहीं किया, नहीं करना. इनू ए हो जाएगा 3.4, जबकि ए की हो जाएगा बच्चो 5 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
5005 is followed by 20. ਇੱਥੇ ਅਸੀਂ ਕੀ ਕਵਾਂਗੇ 03 ਚ ਦ ਪ੍ਰੀਸੀਡਿੰਗ ਡਿਜਿਟ ਆਫ 3 ਇਜ਼ 0. ਇੱਥੇ ਕੀ ਕਵਾਂਗੇ 007 ਜੇਮਸ ਬੌਂਡ ਦ ਪ੍ਰੀਸੀਡਿੰਗ ਡਿਜਿਟਸ 27 ਆਰ 20s. ਪ੍ਰੀਸੀਡਿੰਗ ਮਤਲਬ ਪਹਿਲਾ, ਫਾਲੋਡ ਮਤਲਬ ਅਗਲਾ, ਠੀਕ ਹੈ, ਜਾਂ ਸਕਸੀਡ ਅਗਲਾ, ਠੀਕ ਹੈ, ਓਕੇ ਫਾਈਨ. ਸੋ ਰੂਲ ਏ ਫੋਰਥ ਕੀ ਹੋਇਆ, ਦ ਡਿਜਿਟ ਵੀ ਡਰੋਪ ਇਜ਼ 5 or 5 followed by 0, the preceding digit is left. Yes, Arjun, the preceding digit is left unchanged. Rule number 4. Okay, students, very good. Hun aayega rule number 5. Theek hai ji. If the digit to be dropped is 5, jada digit to drop karna ma ho 5, or students, one interesting gal likho ho raha hai, aa likho, if the digit to be dropped is 5, dhyan naal sunna, or followed 5 followed by zeros, theek hai, koi digit aa jivein ki 3.750, theek hai, dhyan naal sunna, je tusi 5 ਨੂੰ ਡ੍ਰੌਪ ਕਰਨਾ ਵਾ ਔਰ 5 ਫਾਲੋਡ ਬਾਏ 0, ਯੈਸ 5 ਦੇ ਅੱਗੇ ਫਾਲੋ ਆ, 5 ਇਜ਼ ਫਾਲੋਡ ਬਾਏ 0, 7 ਇਜ਼ ਫਾਲੋਡ ਬਾਏ 5, ਠੀਕ ਹੈ, ਇਫ ਦਾ ਡਿਜਿਟ ਵੀ ਡ੍ਰੌਪ ਇਜ਼ 5 ਔਰ 5 ਫਾਲੋਡ ਬਾਏ 0, ਦੈਨ ਦਾ ਪ੍ਰੀਸੀਡਿੰਗ ਡਿਜਿਟ ਇਜ਼ ਰੇਜ਼ਡ ਬਾਏ 1, ਪ੍ਰੀਸੀਡਿੰਗ ਡਿਜਿਟ ਨੂੰ ਰੇਜ਼ ਕਰਨਾ ਵਾ 1. ਤੁਸੀਂ ਕਹੋਗੇ ਸਰ ਹੁਣੇ ਤੇ ਤੁਸੀਂ ਸਿਖਾਇਆ ਕਿ ਜੇ ਹੈਗਾ ਤੁਹਾਡੇ ਕੋਲ 3.650 ਤੇ ਤੁਸੀਂ ਹੁਣੇ ਦੱਸਿਆ ਕਿ ਜੇ 5 ਤੋਂ ਬਾਅਦ, ਰੂਲ ਨੰਬਰ 4 ਕਹਿੰਦਾ ਵਾ 5 ਤੋਂ ਬਾਅਦ ਜੇ 0 ਆ ਜਾਏ, 5 ਤੋਂ ਬਾਅਦ 0 ਆ ਜਾਏ ਤੇ ਜੇ 5 ਨੂੰ ਡ੍ਰੌਪ ਕਰਨਾ ਤੇ ਪ੍ਰੀਸੀਡਿੰਗ ਡਿਜਿਟ ਨੂੰ ਅਸੀਂ ਅਨਚੇਂਜ ਕਰਾਂਗੇ. ਬਟ ਸਟੂਡੈਂਟ ਉਹਦੇ ਵਿੱਚ ਇੱਕ ਖਾਸ ਗੱਲ ਆ, ਆਈ ਡੋਂਟ ਨੋ ਮੈਂ ਪਹਿਲੇ ਐਗਜ਼ਾਮਪਲ ਕਿਹੜਾ ਲਿਆ, ਜੇ ਗਲਤ ਲਿਆ ਉਹਨੂੰ ਚੇਂਜ ਕਰ ਲੈਣਾ. ਜੇ ਪ੍ਰੀਸੀਡਿੰਗ ਡਿਜਿਟ ਔਡ ਹੈ, ਇੱਥੇ ਤੁਸੀਂ ਕੀ ਕਰੋਗੇ, ਕਿਉਂਕਿ ਇਹ ਪ੍ਰੀਸੀਡਿੰਗ ਡਿਜਿਟ ਈਵਨ ਹੈ ਤਾਂ ਤੁਸੀਂ 3.6 ਹੀ ਲਿਖੋਗੇ. ਬਟ ਇੱਥੇ ਕੀ ਆ, 5 ਦਾ ਪ੍ਰੀਸੀਡਿੰਗ ਡਿਜਿਟ ਕੀ ਹੈ,
odd hai ye a odd hai te fir tusi inu it will be raised by 1 samajh gaye ek aa jayega 3 point bolo ji 8 matlab ke number 4 kehnda va ki 5 to baad jehda 0 aa bachcho 5 to baad je 0 aa te 5 nu drop karna te unchanged hoega फिर 7 ਦਾ 8 ਕਿਉਂ ਕੀਤਾ ਅਰਪਨ ਸਰ ਬਿਕਾਜ਼ ਪ੍ਰੀਸੀਡਿੰਗ ਡਿਜਿਟ ਇਜ਼ ਆਡ ਪ੍ਰੀਸੀਡਿੰਗ ਡਿਜਿਟ ਹੁਣ ਆਪਾਂ ਇੱਕ ਵਾਰ ਚੈੱਕ ਕਰ ਲਈਏ ਆਪਾਂ ਵੀ ਗਲਤੀ ਤੇ ਨਹੀਂ ਕੀਤੀ ਇੱਕ ਮਿੰਟ ਆਪਾਂ 3.450 ਠੀਕ ਕੀਤਾ ਇੱਥੇ ਲੱਕੀਲੀ ਆਪਾਂ 5 ਤੋਂ ਪਹਿਲਾਂ ਇਵਨ ਹੀ ਲਿਆ ਸੀ ਤੇ 3.4 ਹੀ ਆਏਗਾ ਹਨਾ ਬੇਟਾ ਬਟ ਜੇ ਆਪਾਂ ਇੱਥੇ ਹੁੰਦਾ 3.45 ਦੀ ਜਗ੍ਹਾ 3.350 ਤੇ ਫਿਰ ਰੂਲ ਨੰਬਰ 4 ਆਪਾਂ ਫਾਲੋ ਨਹੀਂ ਕਰਨਾ ਸੀ ਫਿਰ ਆਪਾਂ ਕਿਹੜਾ ਕਰਨਾ ਸੀ ਰੂਲ ਨੰਬਰ 5 ਰੂਲ ਨੰਬਰ 5 ਕੀ ਕਹਿੰਦਾ ਵਾ ਜੇ ਤੁਸੀਂ 5 ਨੂੰ ਡ੍ਰੌਪ ਕਰਨਾ ਵਾ ਤੇ 5 ਤੋਂ ਬਾਅਦ 0 ਵਾ 1 0 2 0 3 0 ਨੇ ਮਗਰ ਉਹਦਾ ਪਿਛਲਾ ਡਿਜਿਟ ਈਵਨ ਨਹੀਂ ਆ ਬਟ ਕੀ ਆ ਔਡ ਆ ਉਹ ਔਡ ਆ ਡ੍ਰੌਪ ਕਰਨਾ ਕਰ ਦੋ ਪਿਛਲੇ ਡਿਜਿਟ ਨੂੰ 1 ਵਾਧਾ ਕਰ ਦੋ 3.4 ਰੇਸਡ ਬਾਈ 1 ਰੇਸਡ ਬਾਈ 1 ਵੈਰੀ ਗੁੱਡ ਕੇ ਸਟੂਡੈਂਟਸ ਇਹ ਸਾਰੇ ਕੀ ਕਹਿੰਦੇ ਆ ਹੋ ਗਏ ਹੁਣ ਕੀ ਕਹਿੰਦੇ ਆ ਇੱਕ ਹੋਰ ਐਗਜ਼ਾਮਪਲ ਦੇਣਾ ਮੰਨ ਲਓ x = 16.150 ਆ ਸੋ ਕੀ ਮੈਨੂੰ ਖੁਸ਼ਪ੍ਰੀਤ ਕੌਰ ਦੱਸੇਗੀ ਕਿ ਮੰਨ ਲਓ ਇਹਨੂੰ ਡੈਸੀਮਲ ਦੇ 1 ਪਲੇਸ ਤੱਕ ਅਸੀਂ ਮਤਲਬ ਡੈਸੀਮਲ ਦੇ 1 ਪਲੇਸ ਤੱਕ ਕਨਵਰਟ ਕਰਨਾ ਤੇ ਕੀ ਵੈਲਿਊ ਆਏਗੀ 16. ਖੁਸ਼ਪ੍ਰੀਤ ਕੌਰ ਕੈਨ ਯੂ ਟੈਲ ਸਰ 2 16.2 ਬਿਲਕੁਲ ਸਹੀ ਕਿਹੜਾ ਰੂਲ ਲਾਇਆ ਤੁਸੀਂ ਰੂਲ ਨੰਬਰ 1 2 3 4 ਸਰ 5 ਬਿਲਕੁਲ ਠੀਕ ਫਿਫਥ ਰੂਲ ਕੀ ਕਹਿੰਦਾ ਵਾ ਜੇ ਜਿਹੜਾ ਤੁਸੀਂ ਡਿਜਿਟ ਡ੍ਰੌਪ ਕਰਨਾ ਉਹ 5 ਆ ਔਰ 5 ਤੋਂ ਬਾਅਦ 0 ਨੇ ਇਹ ਵੀ ਕੰਡੀਸ਼ਨ ਆ ਤੇ ਜੇ 5 ਤੋਂ ਬਾਅਦ 0 ਆ ਤੇ ਇਹ ਜਿਹੜਾ ਵਾ 1 ਇਨਕਰੀਜ਼ ਹੋ ਜਾਏਗਾ ਕਦੋਂ ਜਦੋਂ ਕਿ ਇਹ ਆਡ 1 ਜਿਹੜਾ ਵਾ ਆਡ ਨੰਬਰ ਇਸ ਕਰਕੇ ਹੋ ਗਿਆ ਸਟੂਡੈਂਟਸ ਇਹਦੀ ਬਜਾਏ ਜੇ 16 ਪੁਆਇੰਟ ਆਪਣੇ ਕੋਲ 250 ਜਾਂ 16.450 ਜਾਂ 16.650 ਜਾਂ ਬੱਚਿਓ 16.850 ਹੁੰਦਾ ਤੇ ਦੱਸੋ ਪਿਆਰੇ ਬੱਚੇ ਇਟਸ ਅਨਚੇਂਜਡ ਫਿਰ ਹਾਂ ਫਿਰ ਇਹਦਾ ਕੀ ਹੋਣਾ ਸੀ 16. ਅਨਚੇਂਜਡ 6.2 ਇਹ ਕੀ ਹੋਣਾ ਸੀ 16.2 ਇਹ ਕੀ ਹੋਣਾ ਸੀ 16.4 16.6 16.6 16.8 16.8 16.8 ਸੋ ਫਟਾਫਟ ਆਪਾਂ ਹੁਣ ਪੰਜੇ ਰੂਲ ਦੁਬਾਰਾ ਮਿੰਟੋ ਮਿੰਟ ਰਿਵਾਈਜ਼ ਕਰ ਲਈਏ ਪਹਿਲਾ ਰੂਲ ਕੀ ਆ ਜੇ ਤੁਸੀਂ ਡਿਜਿਟ ਜਿਹੜਾ ਡ੍ਰੌਪ ਕਰਨਾ ਉਹ 5 ਤੋਂ ਲੈਸ ਆ ਰਾਈਟ ਔਰ ਜਿਹੜਾ ਪ੍ਰੀਸੀਡਿੰਗ ਡਿਜਿਟ ਆ ਅਨਚੇਂਜ ਕਰੋਗੇ ਨੰਬਰ 2 ਜੇ ਜਿਹੜੇ ਡਿਜਿਟ ਤੁਸੀਂ ਡ੍ਰੌਪ ਕਰਨਾ ਵਾ ਜਿਹੜਾ ਡਿਜਿਟ ਟੂ ਬੀ ਡ੍ਰੌਪਡ ਹੈ ਉਹ ਮੋਰ ਦੈਨ 5 ਆ ਠੀਕ ਹੈ ਸੇ ਪ੍ਰੀਸੀਡਿੰਗ ਡਿਜਿਟ ਨੂੰ 1 ਪਲੱਸ ਕਰ ਦੋਗੇ ਨੰਬਰ 3 ਜੇ ਡਿਜਿਟ ਤੁਸੀਂ ਜਿਹੜਾ ਡ੍ਰੌਪ ਕਰਨਾ ਵਾ ਉਹ ਕੀ ਕਹਿੰਦੇ ਆ 5 ਆ ਜਿਹੜਾ ਤੁਸੀਂ ਡਿਜਿਟ ਡ੍ਰੌਪ ਕਰਨਾ ਵਾ ਉਹ ਮੰਨ ਲਓ 5 ਆ ਫਾਲੋਡ ਬਾਈ ਡਿਜਿਟਸ ਅਦਰ ਦੈਨ 0 ਜੇ ਤੁਸੀਂ ਡਿਜਿਟ ਨੂੰ ਡ੍ਰੌਪ ਕਰਨਾ ਵਾ ਉਹ 5 ਆ ਫਾਲੋਡ ਬਾਈ ਡਿਜਿਟਸ ਅਦਰ ਦੈਨ 0 ਦੈਨ ਪ੍ਰੀਸੀਡਿੰਗ ਡਿਜਿਟ ਇਸ ਫਿਰ ਉਹਨੂੰ ਰੇਜ਼ ਕਰਾਂਗੇ ਨੰਬਰ 4 ਜੇ ਤੁਸੀਂ ਡਿਜਿਟ ਜਿਹੜਾ ਡ੍ਰੌਪ ਕਰਨਾ 5 ਆ ਔਰ 5 ਤੋਂ ਬਾਅਦ ਜ਼ੀਰੋਸ ਨੇ ਠੀਕ ਹੈ ਪ੍ਰੀਸੀਡਿੰਗ ਡਿਜਿਟ ਨੂੰ ਅਨਚੇਂਜ ਕਰਾਂਗੇ ਕਦੋਂ ਜੇ ਪ੍ਰੀਸੀਡਿੰਗ ਡਿਜਿਟ ਕੀ ਆ ਈਵਨ ਹੈ ਬਟ ਜੇ ਪ੍ਰੀਸੀਡਿੰਗ ਡਿਜਿਟ ਔਡ ਹੈ ਔਰ ਜਿਹੜਾ ਡਿਜਿਟ ਨੂੰ ਡ੍ਰੌਪ ਕਰਨਾ 5 ਆ ਤੇ 5 ਤੋਂ ਬਾਅਦ ਕੰਡੀਸ਼ਨ ਕੀ 0 ਨੇ ਔਡ ਵਾਲੇ ਡਿਜਿਟ ਪ੍ਰੀਸੀਡਿੰਗ ਡਿਜਿਟ ਨੂੰ ਤੁਸੀਂ 1 ਵਧਾ ਦੋਗੇ ਰੇਸਟ ਕਰ ਦੇਣਾ ਸਰ ਥਰਡ ਰੂਲ ਸਮਝਾਇਆ ਮਾੜਾ ਥਰਡ ਰੂਲ ਸ਼ੋਰ ਬੇਟਾ ਰੂਲ ਨੰਬਰ 3 ਕਹਿੰਦਾ ਵਾ ਜਿਹੜਾ ਤੁਸੀਂ ਡਿਜਿਟ ਨੂੰ ਡ੍ਰੌਪ ਕਰਨਾ ਉਹ ਮੰਨ ਲਓ 5 ਆ ਜਿਹੜਾ ਤੁਸੀਂ ਡਿਜਿਟ ਨੂੰ ਡ੍ਰੌਪ ਕਰਨਾ ਉਹ 5 ਆ ਫਾਲੋਡ ਬਾਈ ਡਿਜਿਟਸ ਅਦਰ ਦੈਨ 0 ਮਤਲਬ ਮੰਨ ਲਓ 171.25 ਅਦਰ ਦੈਨ 0 0 ਨਹੀਂ ਹੋਣਾ ਚਾਹੀਦਾ 3 ਆ ਜਾਂ 3 ਦੀ ਬਜਾਏ ਕੀ ਆ 1 ਆ 2 ਆ ਯੂ نو 4 ਆ 5 ਆ 6 ਆ 7 ਆ 8 ਆ 9 ਆ ਕੋਈ ਵੀ ਡਿਜਿਟ ਆ 0 ਨਾ ਹੋਵੇ
तो फिर ਅਸੀਂ ਕੀ ਕਰਾਂਗੇ ਪ੍ਰੀਸੀਡਿੰਗ ਡਿਜਿਟ ਇਸ ਰੇਜ਼ਡ ਬਾਈ 1 ਇਹ ਹੋ ਜਾਏਗਾ 171. ਪੁਆਇੰਟ ਬੋਲੋ ਜੀ 3 ਸਰ ਵੈਰੀ 3 ਸ਼ਾਬਾਸ਼ ਓਕੇ ਜੀ ਹੁਣ ਉਹ ਕਹਿੰਦਾ ਵਾ 12.3650 ਉਹ ਕਹਿੰਦਾ ਵਾ ਇਹਨੂੰ 2 ਡੈਸੀਮਲ ਪਲੇਸ ਲਿਖੋ ਹੁਣ ਸੋਚੋ 2 ਡੈਸੀਮਲ ਪਲੇਸ ਦਾ ਮਤਲਬ ਸਿਰਫ ਇੱਥੇ ਤੇ ਇੱਥੇ ਡਿਜਿਟ ਆਣਾ ਚਾਹੀਦਾ ਵਾ ਆਹ ਦੋ ਡਿਜਿਟਸ ਨੂੰ ਉਡਾ ਦੇਣਾ ਵਾ ਆਹ ਦੋ ਡਿਜਿਟਸ ਨੂੰ ਉਡਾਉਣ ਦਾ ਮਤਲਬ 5 ਨੂੰ ਉਡਾਉਣਾ ਵਾ ਇਹ ਮਤਲਬ ਹੋਇਆ 5 ਨੂੰ ਉਡਾਉਣਾ ਵਾ ਕਿਹੜਾ ਰੂਲ ਲੱਗੇਗਾ 5 ਇਜ਼ ਫਾਲੋਡ ਬਾਈ 0 ਐਂਡ ਪ੍ਰੀਸੀਡਿੰਗ ਡਿਜਿਟ ਆਫ 5 ਇਜ਼ 6 ਯੈਸ ਅਰਪਨਦੀਪ ਕੌਰ ਆਨਸਰ ਸਰ 12.36 12.36 ਵੰਡਰਫੁਲ ਗਰਲ ਵੰਡਰਫੁਲ ਆਨਸਰ ਕਿਉਂ ਕਿਉਂਕਿ ਪ੍ਰੀਸੀਡਿੰਗ ਡਿਜਿਟ ਆਫ 5 ਜਿਹੜਾ ਸੀ ਉਹ ਈਵਨ ਸੀ ਅਨਚੇਂਜ ਵੈਰੀ ਗੁੱਡ 787.5350 787.5 ਇਹਨੂੰ 2 ਡੈਸੀਮਲ ਪਲੇਸ ਤੱਕ ਲਿਖੋ ਮਤਲਬ ਡੈਸੀਮਲ ਤੋਂ ਬਾਅਦ 1 ਡਿਜਿਟ ਤੇ 2 ਡਿਜਿਟ ਆਏ ਉਹਦਾ ਆਟੋਮੈਟਿਕਲੀ ਮਤਲਬ ਇਹੀ ਆ ਕਿ 5 ਨੂੰ ਡ੍ਰੌਪ ਕਰਨਾ ਵਾ 5 ਤੋਂ ਬਾਅਦ 0 ਆ ਪ੍ਰੀਸੀਡਿੰਗ ਡਿਜਿਟ ਆਡ ਹੈ ਜਸ਼ਨਪ੍ਰੀਤ ਕੌਰ ਇਹ ਕੀ ਬਣ ਜਾਏਗਾ 787.5 ਬੋਲੋ ਜੀ ਜਰੂਰ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਹੈਵ ਅ ਨਾਈਸ ਟਾਈਮ